ਸਤਿ ਸ਼੍ਰੀ ਅਕਾਲ ਜੀ। ਹੋਰ ਨਵੇਂ ਦਿਨ ਦੀ ਸ਼ੁਰੂਆਤ ਨਾਲ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਅੱਜ ਹੈਗੇ ਆ ਆਪਣੀ ਨਵੇਂ ਦਿਨ ਦੀ ਸ਼ੁਰੂਆਤ, ਅਤੇ ਇਹਦੇ ਵਿੱਚ ਹੈਗਾ ਜਾਣਾ ਆਪਾਂ ਹੈਰੀ ਉਹਨਾਂ ਨਾਲ ਪਾਈਪ ਲਾਈਨ ਦਾ ਪਤਾ ਕਰਨ ਖੇਤਾਂ 'ਚ। ਉਹਨਾਂ ਨੇ ਬਾਈ ਉਹਨਾਂ ਨੇ ਸੀਵਰੇਜ ਦਬਾਉਣੀ ਆ, ਅਤੇ ਰੂਟ ਹੈਗਾ ਅੱਜ ਦਾ ਸਾਡਾ। ਮੈਂ ਜਾਣਾ ਪਹਿਲਾਂ ਹੈਰੀ ਉਹਨਾਂ ਕੋਲ, ਫਿਰ ਹੈਗਾ ਪਟਿਆਲਾ, ਭਵਾਨੀਗੜ੍ਹ, ਬਾਹਲੀ ਦੂਰ ਜਾਣਾ। ਅੱਜ ਤਾਂ ਹਰਿਆਣੇ ਪਹੁੰਚਣਾ ਸੀ, ਭਵਾਨੀਗੜ੍ਹ, ਸਨਾਮ, ਭੀਖੀ, ਚੀਮਾ, ਉੱਧਰ ਬੁਲਾਡੇ ਕੰਨ ਹੋ ਕੇ ਰਤੀਏ ਪਹੁੰਚਣਾ। ਦੇਖਦੇ ਹਾਂ ਬਾਕੀ ਰਸਤੇ 'ਚ ਕੀ ਬਾਰਡਰ ਬੂਰਡਰ ਲੱਗੇ ਨੇ, ਜਿਹੜਾ ਰੋਕ ਵੀ ਰੱਖਿਆ ਇਹਨਾਂ ਨੇ, ਜਿੱਦਾਂ ਵੀ ਕਿੱਧਰ ਨੂੰ ਹੋ ਕੇ ਲੰਘਾਂਗੇ। ਚੱਲਦਾ ਹੁਣ ਬਸ, ਮੈਂ ਚਾਹ ਪਾਣੀ ਪੀ ਕੇ ਹਲ ਤਾਂ ਮੈਂ ਉੱਠਿਆ ਸੀਗਾ ਥੋੜ੍ਹੀ ਦੇਰ ਵੀ, ਨਹਾ ਨਹੂ ਕੇ ਹੁਣ ਫਿਰ ਆਪਾਂ ਫਰੈਸ਼ ਹੋ ਕੇ ਚੱਲਦੇ ਹਾਂ। ਬਾਈ ਉਹਨਾਂ ਕੋਲ ਪਹੁੰਚਦੇ ਹਾਂ, ਦੇਖਦੇ ਹਾਂ ਜਾ ਕੇ ਕੀ ਪ੍ਰੋਗਰਾਮ ਹੈ। ਅੱਜ ਅਸੀਂ ਆਏ ਹਾਂ ਰਤੀਏ, ਰਤੀਏ ਤੋਂ ਰਤੀਆ ਰੋਡ 'ਤੇ ਆ, ਇਹ ਰਤੀਏ ਦੇ ਨੇੜੇ ਹੀ ਫੈਕਟਰੀ ਸੀਵਰੇਜ ਹੈਰੀ ਉਹਨਾਂ ਨੇ ਪਾਈਪ ਲਾਈਨ ਪਾਉਣੀ ਆ। ਇਹ ਆਏ ਸੀਗੇ ਅਸੀਂ ਦੇਖਣ ਇੱਥੇ ਸ਼੍ਰੀ ਵਰਧਮਾਨ ਪਲਾਸਟਿਕ ਪਾਈਪ ਇੰਡਸਟਰੀ। ਗਡਾਊਨ 'ਚ ਆ ਗਏ, ਸੀਜ਼ਨ 'ਚ ਫਿਰ ਪੈਪ ਨਹੀਂ ਬਾਈ ਜਾਂਦਾ ਪੂਰੇ ਹੁੰਦੇ। ਮੋਇਨਾ ਪਾਈਪਾਂ ਦੀ ਚੈਕਿੰਗ ਹੋ ਰਹੀ ਹੈ। ਫੈਕਟਰੀ ਦੇ ਅੰਦਰ ਦਾ ਵਿਊ ਹੈ। ਗੁਰਪ੍ਰੀਤ ਨੇ ਕਿੰਨੀ ਵਾਰੀ ਇਨਵਾਈਟ ਕਰ ਲਿਆ? ਰੋਟੀ ਖਾਣ ਰੁਕੇ ਆ। 14 ਕਿਲੋਮੀਟਰ ਚਲੋ, 14 ਕਿਲੋਮੀਟਰ ਚੱਲ ਪਿਆ ਮੈਂ ਘਰ ਤੋਂ, ਮੈਂ ਚੱਲ ਪਿਆ ਪਿੰਡ ਨੂੰ ਹੁਣ ਮਜੌਲੀ ਤੋਂ, ਹੈਰੀ ਉਹਨਾਂ ਤੋਂ ਵਾਪਸ ਆਪਾਂ ਹੁਣ ਪਿੰਡ ਨੂੰ ਚੱਲੇ ਹਾਂ। ਪੈਪਾਂ ਪੁਪਾਂ ਦਾ ਹੁਣ ਡਿਫਰੈਂਸ ਜੋ ਵੀ ਇਹਨਾਂ ਦਾ ਇਹ ਦੇਖ ਲੈਣਗੇ ਕਿੱਦਾਂ, ਪੈਪ ਦੀ ਕੁਆਲਿਟੀ ਤਾਂ ਚੰਗੀ ਲੱਗਦੀ ਆ ਉੱਥੇ, ਬਾਕੀ ਹੁਣ ਪਿੰਡ ਜਾ ਕੇ ਗੱਲ ਕਰਦੇ ਹਾਂ ਆਪਾਂ। ਘਰ ਪਹੁੰਚ ਗਏ ਜੀ, ਅਤੇ ਬਾਕੀ ਤੁਸੀਂ ਦੇਖੇ ਅੱਜ ਵੀਡੀਓ 'ਚ ਹਰਿਆਣੇ ਦੇ ਪਿੰਡ। ਮੈਂ ਰਾਜਪੁੱਤ ਨੂੰ ਮਿਲੂ, ਵੀਡੀਓ ਦਾ ਐਂਡ ਮੈਂ ਇੱਥੇ ਕਰਦਾ ਜੀ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਥੈਂਕ ਯੂ।